ਅਸਲਾਮ ਵਾਲੇਕੁਮ ਦੋਸਤੋ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਸਤਾਦ ਬਿੱਲਾ ਪਿਚਨ ਕਲੱਬ। ਤੋਂ ਉਮੀਦ ਹੈ ਸਭ ਭਾਈ ਠੀਕ ਠਾਕ ਹੋਵੇ, ਫਿੱਟ ਫਾਟ ਹੋਵੇ। ਲੋ ਦੋਸਤੋ, ਮਾਸ਼ਾਅੱਲਾ ਕਬੂਤਰੋਂ ਕੋ ਬੰਦ ਕੇ ਉਡਾਣਾ ਅੱਜ। ਪਾਪਾ ਨੇ ਕਬੂਤਰ ਬੰਨ ਦਿੱਤੇ ਨੇ ਅੱਜ, 13-12 ਕਬੂਤਰ ਬੰਨੇ ਨੇ, ਜਿਹਨਾਂ 'ਚ 2 ਖੁੱਲੇ ਵੀ ਨੇ ਅਤੇ ਬਾਕੀ 10 ਬੰਨੇ ਨੇ। ਅਤੇ ਮਾਸ਼ਾਅੱਲਾ ਮਾਦੀ ਕੱਲ੍ਹ ਬਹਿ ਗਈ ਸੀ ਅਤੇ ਪਾਪਾ ਕਹਿੰਦਾ ਨਹੀਂ ਵੀ ਸ਼ਮਾ ਬਹਿ ਗਈ, ਕੱਲ੍ਹ ਅੱਛੇ ਘਰ 'ਚ ਨੂੰ ਗੇੜਨਾ, ਅੱਜ ਫਿਰ ਗੇੜਨਾ। ਉਹ ਜਿਸਮ ਨੇ ਛੱਡਿਆ ਨਹੀਂ, ਉਹਨੂੰ ਪਾਪਾ ਨੇ ਫਿਰ ਬੰਨ ਕੇ ਫਿਰ ਬਾਹਰ ਛੱਡ ਦਿੱਤਾ। ਅਤੇ ਪਾਪਾ ਕੀ ਖਿਆਲ ਹੈ, ਕੀ ਕਰਨਾ ਉਹਦੇ ਬਾਰੇ? ਅਸਲਾਮ ਵਾਲੇਕੁਮ ਜੀ, ਮੈਂ ਸ਼ਬਾਦ ਬਿੱਲਾ ਸੁਈ ਗੈਸਲ ਆ। ਅੱਛਾ ਜੀ, ਵਜੂਦ ਸਹੀ ਸੀ ਤੇ ਉਹਨੂੰ ਬੰਨ ਕੇ ਥੋੜਾ ਜਿਹਾ ਗੇੜ ਲਾਂਗੇ। ਮਾਸ਼ਾਅੱਲਾ ਉਹ ਸੈੱਟ ਹੋ ਗਈ ਸੀ ਰਾਤ, 2 ਟਕਾਂ ਦੇ ਘੱਟ ਹੋ ਗਏ ਸਸਤੇ ਵਜੂਦ ਦੇ ਗਈ। ਉਹ ਫਰਦਸਤੀ ਦਸੀ ਸਿੱਧੇ ਹੋ ਗਏ, ਅਸੀਂ ਉਹਨੂੰ ਜ਼ਿਆਦਾ ਪਰ ਬੰਨ ਕੇ ਗੇੜ ਦੇ ਕੇ ਥੋੜੀ ਥੋੜੀ ਗੇੜ ਕੇ ਬਹਿ ਗਏ। ਲਓ ਜੀ, ਬਾਕੀ ਇਨਸ਼ਾਅੱਲਾ ਤੁਹਾਨੂੰ ਦੁਬਾਰਾ ਕਰਨੇ, ਸਾਰਾ ਕਬੂਤਰ ਡਾ ਲਈਏ। ਚਲੋ ਡਾ ਕਰ ਦੇਣੀ ਵਿੱਚ ਵੀਡੀਓ ਦਾ, ਤੁਸੀਂ ਡਾ, ਮੈਂ ਬਣਾਉਣਾ ਵੀਡੀਓ। ਮੈਂ ਚੜ ਜਾ ਚਾਰ ਦਰਾ ਚਾਰ ਦਰਾ ਸਨੈਨ ਸਨੈਨ ਸੁੱਤਾ ਪੁੱਟ ਗਿਆ, ਮੈਂ ਵੀ ਸੁੱਤਾ ਪੁੱਟ ਗਿਆ। ਸਨੈਨ ਸਨੈਨ ਜਾ ਰਿਹਾ ਆਪਣੀ ਫੀਲਡਿੰਗ ਦੇ ਉੱਤੇ। ਚੱਲ 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 ਸ਼ਾਵਾ, ਇਹਨੂੰ ਲਪੇੜ ਲੈਣਾ ਡੰਡੇ ਦੇ ਨਾਲ, ਜਲਦੀ ਜਲਦੀ ਲਪੇੜ। ਤੂੰ ਚੜ ਉੱਤੇ, ਤੂੰ ਉੱਤੇ ਚੜ। ਹਾਂਜੀ ਜੋ ਭਾਈ, ਸੁਣਾਓ। ਸੁਸਤੀ ਪਈ ਆ ਹੈਂ? ਮਾਦੀ ਚੰਗਾ ਕਰਨ ਗਿਆ ਬਣ ਕੇ ਗੜਨ ਗਿਆ ਯਾਰ, ਸਹੀ ਹੈ ਨਾ? ਹਾਂ, ਪਤਾ ਕੀ ਗੱਲ ਹੈ, ਉਹਦਾ ਥੋੜਾ ਗਿਰ ਜੇ ਕਿ ਨਾ 10-15 ਮਿੰਟ, ਆਹੋ ਤੇ ਮਾਦੀ ਜਰਾ ਹੁਣ 2 ਟਕਾ ਕੁੱਤੇ ਨਹੀਂ ਉੱਡੇ ਬਾਦੀ, 2 ਟਕਾ ਨਹੀਂ ਉੱਡਦੇ, ਉਹ ਗਰਮੀ ਹੈਗੀ, ਗਰਮੀ ਹੈ ਤੇ ਕੁੱਤੇ ਜਿਹੜਾ ਘੋੜੇ ਕੋਲ ਤੁਰ ਕੇ ਆ ਰਹੇ ਨਾ, ਉਹੀ ਉੱਡਣਾ ਇਨਸ਼ਾਅੱਲਾ ਤਾਲਾ ਮਾਰਨਗੇ ਪੱਲਾ ਵੀ ਫਾਟ ਕੇ ਚੰਡ ਲਿਆਈ ਉੱਤੇ ਵੇਖੋ ਸਮਾਂ। ਆਹੋ, ਉਹ ਚੰਡੀ ਫੜੀ ਜੱਜ ਬੋਗ ਨੇ, ਤੋ ਵੇਖੋ ਉਧਰ ਵੇਖੋ, ਐ ਹੈ ਐ ਐ ਸਨੈਨ ਚੜ ਰਿਹਾ ਜਾਂ ਇਹ ਮਿਹਨਤ ਐ ਜੇ ਮਿਹਨਤ ਉਹ ਅਸਾ ਸ਼ਾਰੇ ਆਪਣੀ ਸਲਵਾਰ ਲਾ ਕੇ ਝੰਡੀ ਬੰਨੀ ਹੋਵੇ, ਓਏ ਸਲਵਾਰ, ਓਏ ਸਲਵਾਰ, ਓਏ ਓਵੇ ਹੈ, ਉਹ ਚੜ ਗਈ ਬਾਦਰ ਉੱਤੇ, ਉਹ ਉੱਡ ਗਏ ਜੇ, ਅੱਧੇ ਤੇ ਉੱਡ ਗਏ ਜੇ ਬਈ, ਅੱਧੇ ਤੇ ਉੱਡ ਗਏ, ਉੱਡ ਗਏ। ਚੱਲ ਚੱਲ ਸ਼ਵਾ 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 ਸ਼ਵਾ, ਬੈਠੇ ਆ ਜੀ, ਦੋ ਬੈਠੇ ਜੀ, ਦੋ ਬੈਠੇ ਜੇ, ਚੱਲ 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 ਚੱਲ, ਇਹਦੇ ਪਿੱਛੇ ਇਹਨੂੰ ਘੁਮਾਓ ਰਾਤ, ਆਹ ਚਲੋ ਚਲੋ ਚਲੋ, ਸ਼ੇਰੋ 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 ਸ਼ਵਾ ਸ਼ੇਰੋ। ਉਹ ਜੋਸਰਾ ਕਹਿੰਦਾ ਮੈਨੂੰ ਕਿੱਥੇ ਬੰਨ ਦਿੱਤਾ ਜੇ ਭਾਈ, ਹਾਂ ਉਹਦੇ ਪੈਰ ਬੰਨ ਦਿੱਤੇ ਨੇ, ਚਾਰ ਛੱਡ ਕੇ ਚਾਰ ਬੰਦ, ਉਹ ਦੇਖੋ ਜੀ ਮਾਸ਼ਾਅੱਲਾ ਉੱਡ ਗਏ ਜੀ ਕਬੂਤਰ ਬੰਨੇ ਬੰਨੇ। ਗਿਫਟ ਮਾਦੀ ਕਿੱਥੇ, ਗਿਫਟ ਮਾਦੀ ਹੈ ਇੰਜਨ ਜੀ ਮਾਸ਼ਾਅੱਲਾ, ਐ ਮੋਟਾ ਐ ਗਿਫਟ ਮਾਦੀ ਥਲੇ, ਉਹ ਚੜਦੇ ਪਏ ਚੱਕ ਕਰੋ ਤੇ ਦੋਸਤੋ, ਐ ਗਿਫਟ ਮਾਦੀ ਨਾਲ ਸੱਗੇ ਨੀ ਮਾਦੀ ਉੱਡਣ ਦੀ ਆਦ ਨੀ। ਚਲੋ 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 ਚਲੋ, ਚੜ ਗਏ, ਚੜ ਚੜ ਰਹੀ ਚੜ ਰਹੇ ਬਣੇ ਬਣੇ, ਮੈਂ ਤਾਂ ਕਹਿੰਦਾ ਆਪਾਂ ਚਾਰ ਛੱਡ ਕੇ ਚਾਰ ਬੰਦ, ਆਹੋ ਉੱਡਣਾ ਨੀ ਉਹਨੇ। ਚੱਲ 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 ਚੱਲ, ਉਹਨੂੰ ਪਹਿਲੀ ਵਾਰੀ ਬੰਨਿਆ ਅੱਜ, ਉਹਨੂੰ ਬੰਨਿਆ ਅੱਜ ਪਹਿਲੀ ਵਾਰੀ, ਪਾਪਾ ਐਲ ਘੁਮਾਓ, ਉੱਤੋਂ ਐਲ ਘੁਮਾ, ਫੜੋ ਉੱਤੋਂ ਐਲ ਘੁਮਾ, ਐ ਜੇ ਦੋਸਤੋ ਜਾਲਾਂ ਦੇ ਜਰਾ ਬੰਨ ਕੇ ਕੁੱਤੇ ਡਾਂਦਾ ਰੋਲਾ, ਪਾਪਾ ਉੱਤੋਂ ਐਲ ਘੁਮਾਈ ਜਾਓਗੇ ਨੀ ਬੇਗਾ, ਫੜੋ ਫੜੀ, ਮੈਨੂੰ ਵੀਡੀਓ ਰੋਕਣੀ ਪੈਣੀ ਹੈ। ਓਏ ਨਹੀਂ ਵੀ ਨਹੀਂ ਵੀ ਨਹੀਂ, ਮੋਨੇ ਨਹੀਂ ਉੱਡਣਾ ਜੀ ਕਹਿੰਦਾ ਮੈਂ।
ਚਲੋ 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 ਉਡਾ ਤੇਰੇ ਪਾਪਾ ਜਾਲਾਂ ਦਾ ਹੀ ਰੋਲਾ ਹੈ ਬੰਨੇ ਵਾਲੇ ਇਸੇ ਕਰਕੇ ਮੈਂ ਤੈਨੂੰ ਕਹਿ ਰਿਹਾ ਜਾਲ ਲਾ ਦੇਣੇ ਇਹ ਦੇਖੋ ਨਾ ਹੁਣ ਉਹ ਵੀ ਉੱਤੇ ਚੜਿਆ ਹੁਣ ਪਿੱਛੇ ਚਮੜ ਗਿਆ ਇਹ ਜਾਲਾਂ ਦਾ ਇਹੀ ਜਾਬੇਗਾ ਸਲਾਰਾ ਜੀ ਕੀ ਹੈ ਜੀ ਬੜੀ ਛੀ ਫਿਰ ਗਈ ਯਾਰ ਅੱਧਾ ਘੰਟਾ ਤਿੰਨ ਛੱਡ ਕੇ ਚਾਰ ਬੰਨੇ ਨੇ ਥੱਲੇ ਥੱਲੇ ਪੂਰਾ ਜ਼ੋਰ ਲੱਗਾ ਹੁੰਦਾ ਜ਼ੋਰ ਲੱਗਾ ਬੜਾ ਠੀਕ ਇੰਜਨ ਵੀ ਉੱਤੇ ਇੰਜਨ ਉੱਤੇ ਲੱਗਾ ਇੰਜਨ ਸਲਾਰਾ ਗੋਲਡਨ ਹਾਂ ਸਾਰੇ ਕਬੂਤਰ ਉੱਤੇ ਬਾਕੀ ਇਹ ਦੇ ਆ ਸਾਹਮਣੇ ਫਿਰਦੇ ਪਏ ਆਹੋ ਫਿਰਦੇ ਮੇਰੇ ਕਬੂਤਰ ਉਹ ਬੰਦੀਆਂ ਫੜੀਆਂ ਸ਼ਮਾ ਜੀ ਹੁਣ ਬਸ ਹੁਣ ਸੰਭਾਲ ਜੇ ਦੋ ਦਿਨ ਉਹਨੂੰ ਸੰਭਾਲ ਕੇ ਜ਼ਰਾ ਸੈੱਟ ਬੈਟ ਕਰਕੇ ਆਹੋ ਤੇ ਬਾਕੀ ਫੂਕਾਂ ਵੀ ਤਾਂ ਵੱਜਣੀਆਂ ਨੇ ਨਾ ਆਹ ਵੀ ਗੱਲ ਹੈ ਬਾਕੀ ਇਨਸ਼ਾਅੱਲਾ ਤਾਲਾ ਅੱਲਾ ਖੈਰ ਕਰੇ ਅੱਲਾ ਕਰਮ ਕਰੇਗਾ ਦੁਪਹਿਰ ਵਾਲੀ ਵੀਡੀਓ ਬਾਕੀ ਨਾਲ ਜੋੜਾਂਗੇ ਥੋੜੀ ਜੀ ਆ ਬਾਕੀ ਦੁਪਹਿਰ ਨੂੰ ਜੋੜ ਥੋੜੀ ਵੀਡੀਓ ਨਾਲ ਦੁਪਹਿਰ ਪੂਰੀ ਅਪਡੇਟ ਦਿਨਾਂਗੇ ਕਿਹੜਾ ਕਿੰਨੇ ਬੈਠਾ ਕਿਹੜਾ ਕਿੰਨੇ ਬੈਠਾ ਤੇ ਫਿਰ ਜੋ ਦੁਪਹਿਰ ਨੂੰ ਦਾਣਾ ਪਾਣਾ ਆਵਾਂਗੇ ਨਾ ਉਦੋਂ ਦੱਸਣਾ ਅਪਡੇਟ ਦੇ ਠੀਕ ਹੋ ਗਿਆ ਓਕੇ ਹਾਂਜੀ ਬਾਬਾ ਜੀ ਅਸਲਾਮ ਵਾਲੇਕਮ ਜੀ ਮੈਂ ਸ਼ਵਾਸ ਬਿਲਾ ਸੂਈ ਕਾ ਸਾਲਾ ਦਾਣਾ ਪਾਤਾ ਭਾਜੀ ਦਾਣਾ ਬਿਹਤਰੀਨ ਹੋ ਗਿਆ ਸਾਰੇ ਕੂਤਰਾਂ ਦਾਣਾ ਪਾਤਾ ਇੱਕ ਬੈਡ ਨਿਊਜ਼ ਹੋ ਗਈ ਬੈਡ ਨਿਊਜ਼ ਤੇ ਮੇਰੀ ਕੂਤਰੀ ਨੂੰ ਲਗੜ ਪੈ ਗਿਆ ਅੱਜ ਐ ਦੋਸਤੋ ਪਾਰੋ ਕੂਤਰੀ ਨੂੰ ਲਗੜ ਪੈ ਗਿਆ ਜਦੋਂ ਭਾਰੀ ਭਾਰ ਡਾਤੇ ਸਮਾਨ ਦੇ ਵਿੱਚ ਉਹਦੇ ਨਾਲ ਲੱਕ 'ਚ 50 ਵੱਜ ਗਿਆ ਉਹ ਦੇਖੋ ਨਾ ਉਹ ਵਿਚਾਰੀ ਫੁੱਲ ਮਦਮਦ ਹੋਈ ਇਹ ਕੂਤਰੀ ਇੱਕ ਟਾਂਕੀ ਸੀ ਅਗਰ ਟਾਂਕੀ ਨਾ ਹੁੰਦੀ ਤੇ ਇਹਨੇ ਫੜਿਆ ਨਹੀਂ ਜਾਣਾ ਇਹਨੇ ਫੜਿਆ ਨਹੀਂ ਜਾਣਾ ਉਹ ਵਿਚਾਰੀ ਫੇਰ ਵੀ ਉਹਦੀ ਹਿੰਮਤ ਘਾਲ ਅੱਛਾ ਲਗੜ ਜਾਨ ਛੱਡ ਗਿਆ ਸੀ ਉਹ ਫੇਰ ਸਾਡੇ ਪੱਲੇ ਪੈ ਗਿਆ ਕਿੱਥੋਂ ਆ ਗਿਆ ਸਾਲ ਲੈ ਕੇ ਕੂਤਰੀ ਨੂੰ ਉਹਨੇ ਬੇੜਾ ਕਰ ਰਾਤਾ ਵਿਚਾਰੀ ਚੰਗੀ ਪਨੀ ਪੂਰੇ ਸਮਾਨ ਚ ਵੇਖਾ ਜੀ ਕੋਦਮ ਫਰ ਫੜਚੀਆਂ ਡਾਤੀਆਂ ਪਰਾਂ ਦੀਆਂ ਬੜਾ ਸ਼ੁਕਰ ਹੈ ਬਚ ਗਈ ਬਚ ਗਈ ਨਹੀਂ ਤੇ ਗਈ ਸੀ ਵਿਚਾਰੀ ਨੂੰ ਵੇਖਣਾ ਹੁਣ ਮੈਂ ਵੇਖੋ ਉਹ ਸਾਈਡ ਤੇ ਕੀਤਾ ਵੇ ਉਹ ਅੱਗੇ ਤੱਕ ਆਪਣਾ ਸੰਭਾਲ ਲਈ ਦੀ ਸਹਿਮੀ ਗਈ ਹੈ ਉਹ ਫੜ ਲਿਆ ਉਹਨੇ ਇਹ ਤੇ ਅੱਲਾ ਦਾ ਸ਼ੁਕਰ ਪਤਾ ਨਹੀਂ ਕਿਵੇਂ ਉਹ ਵਿਚਾਰੀ ਦੀ ਜਾਨ ਬਚ ਗਈ ਬੜੀ ਭੈੜੀ ਬੱਚੀ ਜੇ ਬਾਪਾ ਤੇ ਅੱਲਾ ਦਾ ਪਤਾ ਨਹੀਂ ਕੀ ਦਿੱਤਾ ਲਿੱਤਾ ਅੱਗੇ ਕੰਮ ਆ ਗਿਆ ਨਹੀਂ ਤੇ ਟੰਗੀ ਗਈ ਸੀ ਕੁਤਰੀ ਕੰਮ ਤਲਿਆ ਗਿਆ ਸੀ ਕੰਮ ਤੇ ਬਾਕੀ ਬਾਪਾ ਜੀ ਦਾਣਾ ਦੁਣਾ ਪਾਤਾ ਜੇ ਆ 5000 ਲੱਗੇ ਆ ਇਹ ਬਾਜਰਾ ਵੀ ਪਾਓ ਦਰਾਂ ਨੂੰ ਬਾਜਰਾ ਲਿਆ ਬਾਜਰਾ ਇਹ ਬਾਜਰਾ ਹਾਂਜੀ ਨਾਨੀ ਜੀ ਨਾਨੀ ਜੀ ਮਾਦੀ ਨੂੰ ਲਗੜ ਨੇ ਮਾਰਤਾ ਉਹ ਪਾਰੋ ਮਾਦੀ ਨੂੰ ਤੇ ਪਾਰੀ ਪਾਰ ਡਾਲਤੀ ਬੜੀ ਭੈੜੀ ਬੱਚੀ ਹੋਈ ਯਾਰ ਓਵੇ ਤੂੰ ਥਲੇ ਰੋਟੀ ਖਾਣ ਚਲਾ ਗਿਆ ਤੇ ਤੂੰ ਉਹ ਯਕੀਨ ਕਰ ਤੂੰ ਜੁਮਾ ਪੜਨ ਗਿਆ ਉਦੋਂ ਤਾਂ ਉੱਤੇ ਨਹੀਂ ਆਇਆ ਮੈਂ ਵੀ ਜੁਮਾ ਪੜ ਕੇ ਆ ਗਿਆ ਲੇਕਿਨ ਤੂੰ ਥੱਲੇ ਵੜਿਆ ਉੱਤੇ ਪਲਾ ਕਮ ਸੇ ਕਮ ਉੱਤੇ ਤੇ ਆਇਆ ਯਾਰ ਨਾਨੀ ਯਾਰ ਭਾਈ ਪਾਣੀ ਛਾਣੀ ਉਹਨੂੰ ਪਾਰੀ ਪਾਰ ਡਾਈ ਫੜਦਾ ਮੈਂ ਤਾਂ ਉਸ ਤਰ੍ਹਾਂ ਹਾਂ ਮਦਰਾ ਫੜ ਗਰਾ ਵੀਡੀਓ ਬਣਾ ਰਹਾ ਲਗੜ ਦਾ ਇਲਾਜ ਕਰੋ ਪਾਇਨ ਹੈ ਇਹਦਾ ਇਲਾਜ ਕਰੋ ਲਗੜ ਦਾ ਕੀ ਕਰੀਏ ਯਾਰ ਕੀ ਬੱਚਾ ਯਾਰ ਆਪਣੇ ਫਿਰ ਤਾਂ ਰੋਟੀ ਲੈਣ ਆਇਆ ਹਾਂਜੀ ਸ਼ਮਾਈ ਪੁਰਾਣੀ ਸੀ ਤਦ ਬਚ ਗਈ ਅਗਰ ਤੇ ਪਾਪਾ ਹੁੰਦੀ ਨਾ ਕੋਈ ਨਵੀਂ ਤੇ ਉਹ ਲੱਗੀ ਗਈ ਸੀ ਕਿਸਮਤ ਫੇਰ ਵੇਖੋ ਵਿਚਾਰੀ ਦੀ ਕੀ ਕਿਸਮਤ ਖਰਾਬ ਜੇ ਫਿਰ 2.5 ਘੰਟੇ ਮਾਰਗ ਤੋਂ ਆ ਰਹੀ ਸੀ 2.5 ਘੰਟੇ ਯਾਰ ਨਸੀਬਾਂ ਦੀ ਚਾਰੀ ਰਹਿ ਜਾਂਦੀ ਹੈ ਹਰ ਵਾਰੀ ਬਾਦੀ ਚ ਕੋਈ ਨਾ ਕੋਈ ਹੋ ਹੀ ਜਾਂਦੀ ਘਟਨਾ ਹੋ ਹੀ ਜਾਂਦੀ ਕੰਮ ਖਰਾਬ ਹੋ ਹੀ ਜਾਂਦਾ ਕੋਈ ਨਾ ਕੋਈ ਹਰ ਵਾਰੀ ਹੋ ਜਾਂਦਾ ਸ਼ਾਮ ਨੂੰ ਨੇ ਵਿੱਚ ਐਵੇਂ ਨਾ ਦੋਸਤੋ ਜ਼ੋਰ ਮਾਰਨ ਦੀ ਸੀ ਬੰਨੀ ਚੈੱਕ ਕਰੋ ਤੇਰਾ
ਚਾਰੀ ਦੀ ਨਾ ਕੋਈ ਨਹੀਂ ਯਾਰ ਅੱਲਾ ਖੈਰ ਕਰੇਗਾ ਯਾਰ ਇਨਸ਼ਾਅੱਲਾ ਜੀ ਨਾ ਚਾਰੀ ਤੇ ਲਿਖਿਆ ਸੀ ਕੰਮ ਪਰ ਗਲਤ ਹੋਇਆ ਬੜੀ ਚੰਗੀ ਤੂੰ ਆਨੂੰ ਆਪਾਂ ਫਿਰ ਵਿੱਚ ਆ ਰਹੀ ਨਹੀਂ ਦੇਖ ਤੂੰ ਆਨੂੰ ਨੇ ਨਹੀਂ ਪਾਲੇ ਇਹਨੇ ਸ਼ਾਮ ਵੇਖਿਆ ਹੀ ਸੀ ਉਹਨਾਂ ਨੇ ਸ਼ਾਮ ਤਾਂ ਸ਼ਾਮ ਹੀ ਪਹਿਲਾਂ ਹੁਣ ਲੱਕ ਚ ਵੱਜਿਆ ਤਾਂ ਮੌਸਮ ਵੀ ਇਦਾਂ ਸੀ ਤੱਕ ਭਾਵੇਂ ਓਏ ਹੋਏ ਯਾਰ ਇਹ ਵਿੱਚ ਮੈਂ 9 ਵਜੇ ਇਹ ਐ ਐ ਨਾ ਦੇਖੋ ਸਮਾਂ ਜਰ ਪੜ ਆਤੇ ਸੀ ਇਹ ਪਰ ਉੱਡੇ ਨੇ ਦੇਖੋ ਨਾ ਹਾਂਜੀ ਹਾਂਜੀ ਇਹਨੂੰ ਸਮਾਂ ਜ ਪਾਰੀ ਡਾਏ ਨੇ ਲੈ ਉਹਨਾਂ ਨੂੰ ਦਾਣਾ ਪਾਣੀ ਮੈਂ ਨੂੰ ਪਾ ਨਹੀਂ ਰਿਹਾ ਸਾਰੀ ਸਮੀ ਨਾਨੀ ਜੀ ਤੋਰ ਪੋਰੀ ਘੁੰਮੇ ਮਾਦੀ ਤੇ ਬਾਕੀ ਦੋਸਤੋ ਮਾਸ਼ਾਅੱਲਾ ਜੀ ਕਬੂਤਰਾਂ ਦੀ ਤਿਆਰੀ ਹੋ ਰਹੀ ਹੈ ਜੀ ਦਾਣਾ ਪਾਣਾ ਸੁੱਟਦਾ ਇਹਨੂੰ ਕਬੂਤਰ ਖਾ ਰਹੇ ਨੇ ਦਾਣਾ ਦੂਣਾ ਜ਼ਰਾ ਪਾਪਾ ਨਾਲ ਵੀ ਮੁਲਾਕਾਤ ਕਰਾਉਂਦੇ ਤੁਹਾਡੀ ਪਾਪਾ ਕੋਲ ਪੇ ਅੱਛੀ ਜ਼ਰਾ ਸਵਾਲ ਵੀ ਪੁੱਛਣੇ ਜ਼ਰਾ ਇੱਕ ਦੋ ਅਤੇ ਪਾਪਾ ਜੀ ਹਾਂਜੀ ਤਵਾਰ ਨੂੰ ਕਿਹੜਾ ਸਲੈਕਟ ਕੀਤਾ ਉਹ ਤਾਂ ਬਾਹਰ ਹੋ ਗਈ ਪਾਰੋ ਪਾਰੋ ਮਾਜੀ ਬਾਹਰ ਹੋ ਗਈ ਹੁਣ ਸ਼ਾਇਦ ਸ਼ਾਮ ਤੱਕ ਸਿੱਧੀ ਪਤਰੀ ਹੋ ਉਹ ਪਾਪਾ ਉਹਦੇ ਬਚ ਗਿਆ ਸ਼ਾਮ ਤੱਕ ਸੋਚਦਾ ਹੀ ਨਹੀਂ ਜੌਂਸਰਾ ਪਾਓ ਤੇਰੇ ਵਾਲੀ ਮਾਦੀ ਪਾਓ ਤੇ ਸ਼ਾਰਕਾ ਪਾਓ ਜੌਂਸਰਾ ਸ਼ਾਰਕਾ ਤੇ ਤੇਰੇ ਵਾਲੀ ਮਾਦੀ ਉਧਰੋਂ ਦਲਵੀ ਵਾਲਾ ਕੱਢ ਦਿਓ ਉਧਰੋਂ ਪੱਪੇ ਵਾਲਾ ਗੋਲਡਨ ਕੱਢ ਦਿਓ ਤੇ ਤੀਸਰੀ ਆ ਮਾਦੀ ਨਿਕਲ ਗਈ ਬਾਹਰ ਦੋਸਤੋ ਬਾਹਰੋਂ ਚਾਰੀ ਹਿਲ ਭਲਾ ਕੇ ਹੀ ਅੱਜ ਅੱਧਾ ਘੰਟਾ ਮਾਰਿਆ ਪੌਣਾ ਘੰਟਾ ਕੱਲ ਵਿਚਾਰੀ ਸਾਢੇ ਚਾਰ ਪੰਜ ਮਿੰਟ ਘਰ ਚਾਰ ਤੇ ਬੈਠੀ ਸੀ ਅੱਜ ਉਹ ਅੱਧਾ ਘੰਟਾ ਫਿਰ ਕੇ ਬਹਿ ਗਈ ਹੈ ਤੇ ਹੁਣ ਉਹ ਦੇਖੋ ਜੀ ਹੁਣ ਸ਼ਾਮ ਤੱਕ ਜਿਸਮ ਜਿਹੜਾ ਤੇ ਆਪਣੇ ਆਪ ਨੂੰ ਚੁੱਕ ਗਿਆ ਹਾਂਜੀ ਜਿਹੜਾ ਤਗੜਾ ਹੋ ਗਿਆ ਨਾਨੀ ਜੀ ਉਹੀ ਆਣਾ ਅੱਜ ਵਿੱਚ ਇਨਸ਼ਾਅੱਲਾ ਤੇ ਜਿਹੜਾ ਤੇ ਇੰਜ ਹੋਇਆ ਨਾ ਉਹ ਨਹੀਂ ਜੀ ਜਿਹੜਾ ਥੋੜਾ ਜਿਹਾ ਮਾਠਾ ਹੋਇਆ ਹਾਂਜੀ ਉਹਨੂੰ ਨਹੀਂ ਵਿੱਚ ਪਾਣਾ ਇਹ ਗੱਲ ਨਾ ਕਰ ਛਮਾ ਸਾਡਾ ਫਿਰ ਇੰਜਨ ਇੰਜ ਹੀ ਹੁੰਦਾ ਹੀ ਨਹੀਂ ਉਹ ਤੇ ਭਾਈ ਨਾ ਉਹ ਤਾਂ ਉੱਡਦਾ ਹੈ ਨਾ ਇੰਜ ਹੀ ਬੈਠਾ ਹੁੰਦਾ ਹੀ ਫਿਰ ਕਿਸੇ ਨੇ ਜੀ ਇੰਜ ਐਲ ਇੱਧਰ ਹੈਗਾ ਇਹਦੇ ਅੰਦਰ ਕਹਿੰਜੇ ਬੈਠਾ ਹੁੰਦਾ ਟੁੰਨ ਮਾਰ ਕੇ ਬੈਠਾ ਹੁੰਦਾ ਨਹੀਂ ਉੱਤੇ ਜਾਣਾ ਕਿਵੇਂ ਥੱਲੇ ਉੱਤੇ ਜਾਂਦਾ ਟੁੰਨ ਥੱਲੇ ਉੱਤੇ ਜਾਂਦਾ ਟੁੰਨ ਥੱਲੇ ਉੱਤੇ ਨਹੀਂ ਜਾਂਦਾ ਨਹੀਂ ਬਾਕੀ ਸੁਬਾ ਦੀ ਵੀਡੀਓ ਜੋੜਤੀ ਨਾਲ ਜੋੜਾਂਗੇ ਨਾਲ ਹੁਣ ਦੋਸਤਾਂ ਨੂੰ ਜਰਾ ਦੋਸਤਾਂ ਨੂੰ ਜੁੜੀ ਮੇਰੇ ਪਹਿਲੇ ਵੇਖ ਲਈ ਦੋਸਤਾਂ ਨੇ ਜੁੜੀ ਸੁਬਾ ਲਈ ਤੇ ਜਰਾ ਉਹ ਕੱਲ ਲਈ ਪਈ ਯਾਰ ਇਹਦੀ ਚਾਬੀ ਲੱਭ ਗਈ ਸਾਨੂੰ ਇਹ ਨਾਨੀ ਟਰੱਕਾਂ ਵਾਲਾ ਭਾਜੀ ਹੁਣ ਵੇਖੋ ਕਿਹੜੀਆਂ ਖੇਡਾਂ ਕਰਨ ਲੱਗ ਪਿਆ ਜੀ ਇਹ ਹੁਣ ਆਵਾਮ ਦਾ ਕਰਦਾ ਸ਼ਰਾਰਤਾਂ ਬੜਾ ਮਜ਼ਾ ਆਉਂਦਾ ਆਵਾਮ ਦਾ ਸ਼ਰਾਰਤਾਂ ਕਰਨਾ ਚੰਮਾ ਜੀ ਨਾਨੀ ਜੀ ਬੜੇ ਕਮੈਂਟ ਆਉਂਦੇ ਨੇ ਨਾਨੀ ਜੀ ਬੜੀ ਵੱਡੀ ਫਿਲਮ ਹੈਗੇ
ਉਦਾਸੀ ਮਾਰ ਕੇ ਬੈਠੇ ਹੋਣ ਜੀ ਇੰਜ ਕਰਕੇ ਗੱਲਾਂ ਗਰਮੀ ਨੂੰ ਮੋਬਾਈਲ ਚ ਮੇਰਾ ਮੋਬਾਈਲ ਗਰਮ ਹੋ ਗਿਆ ਵੀਡੀਓ ਦੋਸਤੋ ਸੇਕਾ ਫਿਰ ਬੜਾ ਟਾਈਟ ਜਿਹਾ ਪਾਪਾ ਜੀ ਤੁਸੀਂ ਜਿਹੜੀ ਕਹਿੰਦੇ ਹੋ ਨਾ 12 ਵਜੇ ਤੇ ਵਹਾ ਏ ਇਤਵਾਰ ਨੂੰ ਇਹ ਮੈਂ ਤੁਹਾਨੂੰ ਪੁੱਛਾਂਗਾ ਇਤਵਾਰ ਵਾਲੇ ਯਾਰ ਵਾਮ ਹੀ ਕਹਿੰਦੀ ਪਈ ਆ ਤੇ ਮੈਂ ਜਿਹੜਾ ਤੁਹਾਨੂੰ ਮੈਂ ਨੋਨ ਪੀਟੀ ਆ ਚਲੋ ਅੱਜ ਕੱਲ ਰਾਤ ਹੀ ਆਪੀ ਦਿਨ ਚੜ ਜਾਏਗਾ ਪਤਾ ਲੱਗ ਜਾਏਗਾ ਨੋਟੀਫਿਕੇਸ਼ਨ ਜਾਇਆ ਕਰੇਗਾ ਉਹਨਾਂ ਕੋਲ ਜਦੋਂ ਸਬਸਕ੍ਰਾਈਬ ਦਾ ਮਤਲਬ ਇਹ ਹੁੰਦਾ ਕਿ ਅਸੀਂ ਵੀਡੀਓ ਪੋਸਟ ਕਰਾਂਗੇ ਤੇ ਉਹ ਉਹਨਾਂ ਕੋਲ ਵੀਰ ਭਰਾਵੋ ਉਹ ਕਿਹੜਾ ਨਾ ਜਿਹੜਾ ਉਹ 10,000 ਵਿੱਚੋਂ ਜਿਹੜਾ ਕਿੰਨੇ ਘੱਟ ਨੇ ਮੇਰੇ ਖਿਆਲ ਚ ਕੋਈ 1500 ਘੱਟ ਹੈ ਯਾਰ 1400 ਘੱਟ ਹੈ ਕਰੋ ਯਾਰ ਉਹ ਸਾਡਾ ਕੋ 10,000 ਦਾ ਪੂਰਾ ਹੋਵੇ ਅਸੀਂ ਕਿਧਰ ਅਸੀਂ ਕਿਸੇ ਸੀਨਾ ਤਾਣ ਕੇ ਆ ਸਾਡੇ 10,000 ਹੋ ਗਏ ਯਾਰ ਤੁਹਾਡੀ ਮਿਹਰਬਾਨੀ ਹੈ ਇਹ ਜ਼ਰੂਰ ਕਰ ਦਿਓ ਤੇ ਉਹ ਉਹ ਕਿਹੜਾ ਹੋ ਗਿਆ ਨਾ 10,000 ਵਾਲਾ ਉਹ ਫਿਗਰ ਜ਼ਰੂਰ ਕਰੋ ਉਹ 10,000 ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਇਨਸ਼ਾਅੱਲਾ ਮਿਲਨੇ ਆ ਤੁਹਾਨੂੰ ਨਿੱਜੀ ਟਰੱਕ ਭਰ ਕੇ ਲਵ ਯੂ ਯਾਰ ਕੀ ਹੁੰਦਾ ਇੱਕੋ ਦਮ ਮੈਨੂੰ ਆਪ ਨੀ ਸਮਝ ਲੱਗਦੀ ਸਮਝ ਆਉਂਦੀ ਮੈਂ ਕੀ ਕਰਾਂ ਯਾਰ।